ਇੰਡੀਆ ਨਿਊਜ਼। ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਆਪਣੇ ਇੱਕ ਫੈਸਲੇ ਤੇ ਇੱਕ ਵੱਡਾ ਯੂ ਟਰਨ ਲਿਆ। ਦਰਅਸਲ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਤੇ ਸਵਾਲ ਉੱਠੇ ਸੀ ਕਿ ਜੋ 6 MLAs ਜਿਨ੍ਹਾਂ ਨੂੰ ਕੈਬਨਿਟ ਰੈਂਕ ਦਿੱਤੇ ਗਏ ਨੇ, ਉਹਨਾਂ MLAs ਨੂੰ ਕੈਬਨਿਟ ਰੈਂਕ ਵਾਲੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਸੀ, ਪਰ ਦਫ਼ਤਰ ਅਲੋਟ ਨੂੰ ਲੈ ਕੇ ਕਿਹਾ ਗਿਆ ਸੀ ਕਿ ਸਰਕਾਰ ਸਹੂਲਤਾਂ ਨਹੀਂ ਦੇਗੀ। ਔਰ ਇੱਕ ਵੱਡੀ ਖਬਰ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਉਹਨਾਂ ਸਾਰੇ MLAs ਨੂੰ ਦਫ਼ਤਰ ਅਲੋਟ ਕਰ ਦਿੱਤੇ ਗਏ ਨੇ। ਪੰਜਾਬ ਸੈਕਟਰੀਏਟ ਦੇ ਵਿੱਚ ਇਹ ਦਫ਼ਤਰ ਜਿਹੜੇ ਕਿ ਅਲੋਟ ਕੀਤੇ ਗਏ ਨੇ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਜਗਮੋਹਨ ਸਿੰਘ ਭੱਟੀ ਵਕੀਲ ਵੱਲੋਂ ਵੀ ਪਾ ਦਿੱਤੀ ਗਈ ਸੀ। ਸੋ ਬਾਵਜੂਦ ਉਸਦੇ ਪੰਜਾਬ ਸਰਕਾਰ ਨੇ ਆਪਣੇ ਇਸ ਫੈਸਲੇ 'ਤੇ ਇੱਕ ਵੱਡਾ ਯੂਟਰਨ ਲਿਆ। MLAs ਨੂੰ ਕੈਬਨਿਟ ਰੈਂਕ ਦਿੱਤੇ ਗਏ ਸੀ ਔਰ ਕਿਹਾ ਗਿਆ ਸੀ ਕਿ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ। ਖੁਦ ਉਹਨਾਂ MLAs ਨੇ ਵੀ ਇਹ ਕਿਹਾ ਸੀ ਕਿ ਉਹ ਸਹੂਲਤਾਂ ਨਹੀਂ ਲੈਣਗੇ, ਪਰ ਅੱਜ ਉਹਨਾਂ ਨੂੰ ਦਫ਼ਤਰ ਅਲੋਟ ਕਰ ਦਿੱਤੇ ਗਏ ਨੇ ਪੰਜਾਬ ਸੈਕਟਰੀਏਟ ਦੇ ਵਿੱਚ। ਸੋ ਇਕੱਲੇ ਦਫ਼ਤਰ ਹੀ ਨਹੀਂ, ਸਲਾਹਕਾਰ ਦਫ਼ਤਰ ਦਾ ਹੋਰ ਸਟਾਫ ਵੀ ਅੱਜ ਉਹਨਾਂ ਨੂੰ ਅਲੋਟ ਕਰ ਦਿੱਤਾ ਗਿਆ। ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਕੋਲੋਂ ਫੰਡ ਦੀ ਘਾਟ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ CM ਦੇ ਜਿਹੜੇ ਸਲਾਹਕਾਰ ਨੇ 6 ਜਿਹੜੇ ਬਣਾਏ ਜਾਂਦੇ ਨੇ ਉਹਨਾਂ ਨੂੰ ਪੰਜਾਬ ਦੇ ਸੈਕਟਰੀਏਟ ਦੇ ਵਿੱਚ ਕਮਰੇ ਜਿਹੜੇ ਨੇ ਅਲੋਟ ਕਰ ਦਿੱਤੇ ਗਏ ਨੇ। ਅੱਜ ਤੁਹਾਨੂੰ ਇੱਥੇ ਦੱਸ ਦਈਏ ਕਿ ਕਮਰਾ ਨੰਬਰ 33 ਜਿਹੜਾ ਕਿ ਪੰਜਾਬ ਸੈਕਟਰੀਏਟ ਦੀ 4th ਫਲੋਰ 'ਤੇ ਹੈ ਅਤੇ ਕਮਰਾ ਨੰਬਰ 37 ਜਿਹੜਾ ਹੈ ਉਹ ਅਲੋਟ ਕੀਤੇ ਗਏ ਨੇ ਅਤੇ ਉਸ ਤੋਂ ਇਲਾਵਾ ਜਿਹੜੇ ਹੋਰ ਸਲਾਹਕਾਰ ਬਣਾਏ ਨੇ ਉਹਨਾਂ ਦੇ ਕਮਰੇ ਜਿਹੜੇ ਨੇ ਅਲੋਟ ਕੀਤੇ ਗਏ ਨੇ। ਇੱਥੇ ਦੱਸਣਯੋਗ ਹੈ ਕਿ ਕੁਸ਼ਲਦੀਪ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਇੰਦਰਬੀਰ ਸਿੰਘ ਬੁਲਾਰੀਆ, ਕੁਲਜੀਤ ਸਿੰਘ ਨਾਗਰਾ ਅਤੇ ਤਰਸੇਮ ਸਿੰਘ DC ਨੂੰ ਜਿਹੜਾ ਮੁੱਖ ਮੰਤਰੀ ਦਾ ਸਲਾਹਕਾਰ ਲਗਾਇਆ ਗਿਆ ਸੀ, ਜਿਨ੍ਹਾਂ ਨੂੰ ਪੰਜਾਬ ਸੈਕਟਰੀਏਟ ਦੇ ਵਿੱਚ ਕਮਰੇ ਅਲੋਟ ਕੀਤੇ ਗਏ ਨੇ, ਦਫ਼ਤਰ ਬਣਾਉਣ ਦੇ ਲਈ ਅਲੋਟ ਕੀਤੇ ਗਏ ਨੇ। ਤਿਆਰੀਆਂ ਚੱਲਦੀਆਂ ਪਈਆਂ ਨੇ। ਸੋ ਸਾਫ਼ ਤੌਰ 'ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਿਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਕੋਲੋਂ ਫੰਡ ਦੀ ਘਾਟ ਹੈ, ਫੰਡ ਦੀ ਕਮੀ ਹੈ, ਬਾਵਜੂਦ ਇਸ ਦੇ ਉਹ ਜਿਹੜਾ ਆਮ ਲੋਕਾਂ 'ਤੇ ਬੋਝ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਕੈਮਰਾਮੈਨ ਨਿਤਿਨ ਦੇ ਨਾਲ ਪ੍ਰਹਲਾਦ ਸੰਗੇਲੀਆ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ। ਸੋ ਬਿਲਕੁਲ ਇੱਕ ਵੱਡੀ ਖਬਰ ਲਗਾਤਾਰ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਫੈਸਲੇ ਤੋਂ ਯੂ ਟਰਨ ਲੈ ਲਿਆ। ਇਸ ਪੂਰੇ ਮਾਮਲੇ ਨੂੰ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਗਮੋਹਨ ਸਿੰਘ ਭੱਟੀ ਸੀਨੀਅਰ ਵਕੀਲ ਨੇ ਹਾਈਕੋਰਟ ਦੇ ਉਹਨਾਂ ਵੱਲੋਂ। ਭੱਟੀ ਸਾਹਿਬ ਫੋਨ ਲਾਈਨ 'ਤੇ ਸਾਡੇ ਨਾਲ ਜੁੜੇ ਨੇ। ਭੱਟੀ ਸਾਹਿਬ, ਪਹਿਲਾਂ ਸਰਕਾਰ ਨੇ ਤੁਹਾਡੀ ਪਟੀਸ਼ਨ ਤੋਂ ਬਾਅਦ ਕਿਹਾ ਕਿ ਅਸੀਂ ਕੋਈ ਸਹੂਲਤ ਨਹੀਂ ਦੇ ਰਹੇ, ਅਸੀਂ ਕੋਈ ਜਾਂ ਦਫ਼ਤਰ ਜਾਂ ਸਟਾਫ ਉਹਨਾਂ ਨੂੰ ਅਲੋਟ ਨਹੀਂ ਕੀਤਾ, ਜੋ ਕਿ ਅਤੁਲ ਨੰਦਾ ਦੇ ਸਟੈਂਪ ਵਾਲਾ ਇੱਕ ਲੈਟਰ ਜੋ ਕਿ ਐਡਵੋਕੇਟ ਜਨਰਲ ਨੇ ਪੰਜਾਬ ਸਰਕਾਰ ਦੇ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਸੀ। ਪਰ ਅੱਜ ਇੱਕ ਯੂਟਰਨ ਲੈਣਾ, ਇਸ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਅਤੇ ਕੀ ਹੈ ਮੰਨਿਆ ਜਾਏ ਕਿ ਜੋ ਪਟੀਸ਼ਨ ਨੂੰ ਤੁਹਾਡੇ ਵੱਲੋਂ ਪਾਈ ਗਈ ਸੀ ਹੁਣ ਹੋਰ ਮਜ਼ਬੂਤ ਹੁੰਦੀ ਨਜ਼ਰ ਆਏਗੀ? ਇਹ ਬਿਲਕੁਲ ਮਜ਼ਬੂਤ ਹੋਏਗੀ ਨਵਨੀਤ ਜੀ, ਔਰ ਇੱਕ ਗੱਲ ਇੱਥੇ ਹੋਰ ਦੱਸਦੇ ਹਾਂ, ਇਹੀ ਚੀਜ਼ ਨਹੀਂ, ਐਡਵੋਕੇਟ ਜਨਰਲ ਦੀ ਰਿਲਾਇਬਿਲਟੀ ਜਿਹੜੀ ਆ ਉਹ ਗਿਰ ਗਈ ਹੈ, ਸਰਕਾਰ ਦੀ ਰਿਲਾਇਬਿਲਟੀ ਵੀ ਗਿਰੀ ਹੈ। ਇਸ ਦਾ ਮਤਲਬ ਇਹ ਹੈ ਨਾ, ਐਡਵੋਕੇਟ ਜਨਰਲ ਦਾ ਦੀਨਾ ਮਾਨ ਹੈ ਨਾ ਸਰਕਾਰ ਦਾ ਦੀਨਾ ਮਾਨ ਹੈ। ਔਰ ਇਸ ਇਸ਼ੂ ਦੇ ਉੱਤੇ ਸਵੇਰੇ ਮੈਂ ਐਡਵੋਕੇਟ ਜਨਰਲ ਦੀ ਐਕਸਪਲੇਨੇਸ਼ਨ ਕਾਲ ਕਰ ਰਿਹਾ ਨੋਟਿਸ ਇਸ਼ੂ ਕਰਕੇ ਵੀ ਇਹ ਕੀ ਮਾਜਰਾ, ਔਰ 9 ਦਸੰਬਰ ਲਈ ਇਹ ਪਟੀਸ਼ਨ ਆਲਰੇਡੀ ਪੈਂਡਿੰਗ ਹੈ। ਔਰ ਉਸ ਵੇਲੇ ਮਾਨਯੋਗ ਬੈਂਚ ਨੇ ਇਹ ਗੱਲ ਕਹੀ ਸੀ, ਅਗਰ ਜੇ ਕੋਈ ਵੀ ਸ਼ਰਾਰਤ ਕਰਦੇ ਨੇ ਇਹਦੇ ਵਿੱਚ, ਯੂ ਕੈਨ ਕਮ ਅਸ ਟੂ ਅਗੇਨ ਐਜ਼ ਅਰਲੀ ਐਜ਼ ਪੋਸੀਬਲ। ਮੈਂ ਇੱਕ ਚੀਜ਼ ਸਮਝਣੀ ਚਾਹ ਰਿਹਾ ਭੱਟੀ ਸਾਹਿਬ, ਜਦੋਂ ਇਹ ਪਟੀਸ਼ਨ ਤੁਹਾਡੇ ਵੱਲੋਂ ਫਾਈਲ ਕੀਤੀ ਗਈ ਸੀ, ਉਸ ਤੋਂ 2 ਦਿਨ ਬਾਅਦ ਤੁਹਾਨੂੰ ਯਾਦ ਹੋਣਾ ਹੈ ਕਿ ਐਡਵੋਕੇਟ ਜਨਰਲ ਵੱਲੋਂ ਉੱਥੇ ਕਿਹਾ ਗਿਆ ਕਿ ਅਸੀਂ ਤਾਂ ਕੋਈ ਸਹੂਲਤ ਦਿੱਤੀ ਨਹੀਂ, ਔਰ ਇੱਕ ਲੈਟਰ ਉਸਦੇ ਵੇਲੇ ਜਾਰੀ ਕੀਤਾ ਗਿਆ ਸੀ ਕਿ ਅਸੀਂ ਕੋਈ ਸਹੂਲਤ ਨਹੀਂ ਦਿੱਤੀ ਹੈ, ਜਾਂ ਜੋ ਸਟਾਫ ਵੀ ਦਿੱਤਾ ਗਿਆ ਸੀ ਉਸਨੂੰ ਵਿਦਡਰਾਅ ਕੀਤਾ ਗਿਆ ਸੀ। ਇੱਕ ਝੂਠ ਉਸ ਵੇਲੇ ਸਰਕਾਰ ਦਾ ਫੜਿਆ ਗਿਆ ਸੀ, ਪਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਜੋ 6 MLAs ਜਿਨ੍ਹਾਂ ਨੂੰ ਕੈਬਨਿਟ ਰੈਂਕ ਦਿੱਤੀ ਗਈ ਸੀ, ਉਹਨਾਂ ਦੀ ਡਿਊਟੀ ਸਾਰਿਆਂ ਦੀ ਜ਼ਿਮਨੀ ਚੋਣਾਂ ਦੇ ਵਿੱਚ ਬੜੇ ਪੱਧਰ 'ਤੇ ਲੱਗੀ ਹੋਈ ਸੀ। ਕਹੀਏ ਕਿ ਉਹ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਇਨਾਮ, ਜਾਂ ਕਹੀਏ ਕਿ ਸਰਕਾਰ ਸ਼ਾਇਦ ਚਾਹੁੰਦੀ ਨਹੀਂ ਸੀ ਕਿ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕਿਸੇ ਤਰੀਕੇ ਦਾ ਨੁਕਸਾਨ ਹੋਏ, ਜਿਸ ਕਰਕੇ ਉਸ ਵੇਲੇ ਵਿਦਡਰਾਅ ਕੀਤੀ ਗਈ। ਇਹ ਵੀ ਚੀਜ਼ ਮੰਨੀ ਜਾ ਸਕਦੀ ਹੈ, ਕਿਉਂਕਿ ਰਾਜਨੀਤਿਕ ਰੋਟੀਆਂ ਤਾਂ ਹਰ ਪੋਲੀਟੀਕਲ ਪਾਰਟੀ ਸੇਕਦੀ ਹੈ ਨਾ, ਔਰ ਇੱਥੇ ਚੀਜ਼ ਇਹ ਹੈ ਵੀ ਇਹ ਜਿੰਨੇ 6 MLA ਨੇ ਜਾਂ ਮੰਤਰੀ ਸਾਹਿਬਾਨ ਨੇ, ਉਹਨਾਂ ਨੂੰ ਮੰਤਰੀ ਰੈਂਕ ਤਾਂ ਕੀ ਮਿਲਣਾ, ਇਹ ਆਪਣੀ ਜਿਹੜੀ ਹੈ ਮੁੱਢਲੀ ਮੈਂਬਰਸ਼ਿਪ ਜਿਹੜੀ MLA ਦੀ ਉਹ ਵੀ ਗਵਾ ਸਕਦੇ ਨੇ, ਔਰ ਇਹਦੇ ਉੱਤੇ ਮੈਂ ਐਗਜ਼ਾਮਿਨ ਕਰ ਰਿਹਾ।
ठीक है, धन्यवाद इस सारी जानकारी के लिए। सो बिल्कुल एक बड़ी खबर लगातार थोड़ा दस रहे हैं, जगवंत सिंह पट्टी कह रहे हैं कि कल इस मामले में एक बार फिर तो हाई कोर्ट के ध्यान दे विच लेके आणगे कि जो पंजाब सरकार ने अपने MLAs जिन्हों कैबिनेट रैंक दिता गया उन्होंने दफ्तर अलॉट किए ने उन्होंने स्टाफ अलॉट किया जिसन लैके वो एक बार फिर दो हाई कोर्ट के इस गलू रखे। पर वही खबर पंजाब सरकार का व्डा यूटर्न अपने फैसले पर असी कह सकते हैं कि सरकार वालों जो MLAs को कैबिनेट रैंक देने तो बाद हूँ दफ्तर भी अलॉट कर दिए गए हैं, जबकि इन्ह MLAs ने कहता सी कि वो दफ्तर नहीं लैणगे। CM कैप्टन के सियासी सलाहकार वजो इन्हों नियुक्त किया गया सी 6 MLAs अमरिंदर राजा वड़िंग, कुशलदीप ढिल्लों, इंदरबीर सिंह गुलारिया, तरसेम DC, कुलजीत सिंह नागरा, संगत सिंह गिलजिया, 6 MLAs जिन्होंने कैबिनेट रैंक दिती गई। सवाल उस वेले भी उठाया क्योंकि पंजाब के 117 सीटा उन्होंने लिहाज न 18 कैबिनेट रैंक होंगे ने, सिद्धू नू जे आउट असी कही तो 17। सो सवाल लगातार सरकार के इस फैसले पर भी उठ रहे थे। अग्रवाल लिवर ते गट सुपर स्पेशलिटी हॉस्पिटल JP नगर जलंधर, इत्थे हर तरह की पेट ते लिवर दियां बीमारियां जिवें पीलिया, खून की उल्टी, पित्ते की पत्थरी अते पेट ते लिवर दे कैंसर का इलाज विदेशी तकनीक नाल माहिर डॉक्टर वालों तसली बख्श किया जाता है। संपर्क करो 0181-502-0070।